ਤੁਸੀਂ ਮੈਨੂੰ ਦੱਸੋ ਸਵੇਰ ਦਾ ਕੋਈ ਸਰਕਾਰ ਦਾ ਬੰਦਾ ਇੱਥੇ ਹੈ? ਐਡਮਿਨਿਸਟ੍ਰੇਸ਼ਨ ਕੌਣ? ਐਡਮਿਨਿਸਟ੍ਰੇਸ਼ਨ ਨੂੰ ਸਰਕਾਰ ਚਲਾਉਂਦੀ ਹੈ, ਬਿਲਕੁਲ ਹੈਂਜੀ। ਜਦੋਂ ਤੁਹਾਨੂੰ ਪਤਾ ਹੀ ਨਹੀਂ ਹੈ ਆਪਣਾ ਅਧਿਕਾਰ ਕੀ ਹੈ ਤੇ ਅਫਸਰਸ਼ਾਹੀ ਤੇ ਆਪੇ ਹਾਵੀ ਹੋਊ, ਇੱਥੇ ਡੀਸੀ ਖੜਾ, ਇੱਥੇ ਐਮਐਲਏ ਨੂੰ ਖੜਾ ਹੋਣਾ ਚਾਹੀਦਾ ਸੀ, ਬਿਲਕੁਲ, ਇੱਥੇ ਮੁੱਖ ਮੰਤਰੀ, ਇੱਥੇ ਮੁੱਖ ਮੰਤਰੀ ਨੂੰ ਆਉਣਾ ਚਾਹੀਦਾ ਸੀ। ਚਾਹੇ ਚਾਰ ਗਾਲਾਂ ਕੱਢੇ ਲੋਕ ਨਾ, ਜੀ ਗਲਤ ਹੈ ਯਾਰ, ਨਹੀਂ ਅਸੀਂ ਅਸੀਂ ਕਿਹਨੇ ਡਰੇ, ਸਮਝਿਆ ਨਹੀਂ। ਸਭ ਤੋਂ ਪਹਿਲਾਂ ਮੈਂ ਕੱਲ ਰਾਤ ਇਹ ਟਵੀਟ ਕੀਤਾ ਕਿਉਂਕਿ ਮੈਨੂੰ ਪਤਾ ਕਿ ਇਸ ਤੋਂ ਅਹਿਮੀਅਤ ਕਿਸੇ ਹੋਰ ਚੀਜ਼ ਦੀ ਹੈ ਹੀ ਨਹੀਂ ਹੈ। ਦੇਖੋ ਪੰਜਾਬ ਅਰਾਜਕਤਾ ਵੱਲ ਵੱਧ ਰਿਹਾ, ਸਭ ਤੋਂ ਖਤਰਨਾਕ, ਔਰ ਮੈਂ ਇਹ ਛਾਤੀ ਠੋਕ ਕੇ ਕਹਿ ਰਿਹਾ ਤੁਹਾਨੂੰ, ਸਭ ਤੋਂ ਖਤਰਨਾਕ ਬੰਦਾ ਭੁੱਖਾ ਆਦਮੀ। ਜਦੋਂ ਤੁਸੀਂ ਕਿਸਾਨ ਨੂੰ ਇੱਜ਼ਤ ਦੀ ਰੋਟੀ ਨਹੀਂ ਦਿਓਗੇ, ਜਦੋਂ ਤੁਸੀਂ ਵਪਾਰੀ ਨੂੰ ਇੱਜ਼ਤ ਦੀ ਰੋਟੀ ਨਹੀਂ ਖਾਣ ਦਿਓਗੇ, ਜਦੋਂ ਤੁਸੀਂ ਛੋਟੇ ਛੋਟੇ ਨੌਜਵਾਨ ਬੱਚਿਆਂ ਨੂੰ ਇੱਜ਼ਤ ਦੀ ਰੋਟੀ ਨਹੀਂ ਦਿਓਗੇ ਤੇ ਉਹ ਖੋਊਗਾ ਭੀਖ ਨਹੀਂ ਮੰਗੂ। ਪੰਜਾਬ ਇਸ ਅਰਾਜਕਤਾ ਵੱਲ ਵੱਧ ਰਿਹਾ, ਆਪਾਂ ਜਾਗੀਏ, ਸਿਰ ਸਿੱਟੀਏ ਔਰ ਇਸ ਚੀਜ਼ ਦਾ ਹੱਲ ਕੱਢੀਏ। ਦੂਸਰੀ ਗੱਲ ਇਹ ਹੈ ਦੁਬਈ ਹੈ ਜੀ, ਮੈਂ ਕੋਈ ਇਹ ਨਹੀਂ ਮੈਂ ਉੱਥੇ ਰਿਹਾ, ਲੈ ਕੋਈ ਮੈਨੂੰ ਐਂ ਕਰੇ, ਕੋਈ ਕਿਸੇ ਕੁੜੀ ਵੱਲ ਝਾਕ ਕੇ ਖਾਵੇ, ਕੋਈ ਚੋਰੀ ਕਰਕੇ ਖਾਵੇ, ਫੜ ਨਹੀਂ ਲੈਂਦੇ, ਹੱਥ ਲਾਉਂਦੇ, ਉੱਥੇ ਹੀ ਸਜ਼ਾ ਮਿੱਤਰ ਪਿਆਰੇ। ਤੇ ਮੈਂ ਮੈਨੂੰ ਮੈਂ ਆਪਦੀ ਗੱਲ ਯਾਦ ਰੱਖਦਾ, ਮੇਰੀ ਘੜੀ ਡਿੱਗ ਪਈ, ਸਟ੍ਰੈਪ ਡਿੱਗ ਪਿਆ ਘੜੀ ਦੇ, ਇੰਨੀ ਤੂੰ ਨਹੀਂ, ਸ਼ਾਮ ਨੂੰ ਮੈਨੂੰ ਲੱਭਦੇ ਫਿਰਦੇ ਦੁਬਈ 'ਚ, ਹਾਂਜੀ ਮੈਂ ਲਿਖੀ, ਇਹ ਜਿਹੀਆਂ ਕਈ ਕੰਟਰੀਆਂ ਨੇ ਜਿੱਥੇ ਕਾਨੂੰਨ ਦਾ ਭੈ, ਇੱਥੇ ਕਿਹੜਾ ਕਾਨੂੰਨ ਦਾ ਭੈ, ਦਿਨ ਦਿਹਾੜੇ ਤੁਸੀਂ ਬੈਠੇ ਦੇ ਗੋਲੀ ਮਾਰ ਗਏ ਹੋ, ਹਾਂਜੀ ਕਿਤੇ ਕੁੜੀਆਂ ਦੇ ਗੋਲੀ ਮਾਰ ਜਾਂਦੇ ਹੋ, ਉੱਥੇ ਕੋਈ ਉਹਦਾ ਕੋਈ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਉਹਦਾ ਕੋਈ ਕਿਸੇ ਨੂੰ ਸਜ਼ਾ ਨਹੀਂ? ਸਿੱਧੂ ਸਾਹਿਬ ਤੁਹਾਨੂੰ ਲੱਗਦਾ ਕਿ ਪੁਲਿਸ ਦਾ ਸਿਆਸੀ, ਫਿਰ ਜਿਹੜੀਆਂ ਜੇਲ੍ਹਾਂ ਨੇ ਅਗਰ ਉਹ ਅੱਡੇ ਬਣ ਗਈਆਂ ਨੇ, ਨੌਜਵਾਨਾਂ ਦਾ ਕਸੂਰ ਤਾਂ ਨਹੀਂ ਹੈ, ਤੁਸੀਂ ਲਾ ਦਿਓ ਭਾਈ ਉੱਥੇ ਸੈਟੇਲਾਈਟ, 2G ਜੈਮਰ ਲੱਗੇ ਹੋਏ ਨੇ ਤੇ ਅੰਦਰ ਲੋਕੀ 5G ਫੋਨ ਕਰਕੇ ਇੰਟਰਵਿਊ ਦਿੰਦੇ ਨੇ, ਕੌਣ ਜ਼ਿੰਮੇਵਾਰ ਹੈ? ਜੇਲ੍ਹ ਮੰਤਰੀ ਸਾਹਿਬ ਕਿੱਥੇ ਨੇ? ਹੋਮ ਮਿਨਿਸਟਰ ਸਾਹਿਬ ਕਿੱਥੇ ਨੇ? ਇੱਕੋ ਹੀ ਹੈ, ਇੰਨਾ ਹੰਕਾਰ ਹੈ। ਮੈਂ ਕਹਿੰਦਾ ਜੇ ਤੁਸੀਂ ਪੈਸੇ ਲਾਉਣੇ ਆ ਤਾਂ ਲਾਓ ਨਾ, ਲਾ ਸੈਟੇਲਾਈਟ ਲਾ ਨਾ ਜੇਲ੍ਹਾਂ 'ਚ, ਸੈਟੇਲਾਈਟ ਲਾ, 5G ਸੈਟੇਲਾਈਟ ਲਾ, ਉੱਥੇ ਅਗਲਾ 5 ਲੱਖ ਫੋਨ ਦੇ ਦੇ, ਇੱਕ ਨਹੀਂ ਚੱਲੂਗਾ। ਕਹਿੰਦੇ ਜੀ ਅੰਦਰੋਂ ਜੇਲ੍ਹ ਕਰਾਉਣਾ ਕਿਸੇ ਨੇ ਤੇ ਲਾਉਣਾ ਕਿਸੇ ਦੇ, ਪਾਉਣਾ ਕਿਸੇ ਦੇ, ਆਹ ਸਿੱਧੂ ਮੂਸੇਵਾਲੇ ਦਾ ਫਾਦਰ ਫਿਰਦਾ ਜੀ, ਅੱਛਾ FIR ਨਹੀਂ ਕਰਦਾ ਕੀ ਉਹ ਹੈ? ਜਿਹੜੀ ਮੈਂ ਗੱਲ ਕਹਿੰਦਾ ਕਿ ਜਿਹੜੇ ਰਾਜ 'ਚ ਮਾੜਾ ਕੰਮ ਕਰਨ ਵਾਲੇ ਨੂੰ ਦੰਡਿਤ ਨਾ ਕੀਤਾ ਜਾਵੇ ਔਰ ਚੰਗਾ ਕਰਮ ਕਰਨ ਵਾਲੇ ਦੀ ਪਿੱਠ ਨਾ ਠੋਕੀ ਜਾਵੇ, ਉਹਦਾ ਤਬਾਹ ਹੋਣਾ ਨਿਸ਼ਚਿਤ ਹੈ। ਇੱਥੇ ਤਾਂ ਖੁੱਲ੍ਹੇ ਫਿਰਦੇ, ਕਰਾਉਣ ਵਾਲੀਆਂ ਵੱਡੇ ਤੰਤਰ ਨੇ, ਉਹਨਾਂ ਨੂੰ ਫਾਇਦਾ ਹੁੰਦਾ ਲੋਕਾਂ ਨੂੰ ਵੰਡ ਕੇ। ਪੁਲਿਸ ਦੇ ਸਿਆਸੀਕਰਨ ਨੂੰ ਕਿਵੇਂ ਦੇਖਦੇ ਹੋ? ਪੁਲਿਸ ਦਾ ਸਿਆਸੀਕਰਨ ਕੋਈ ਡਾਊਟ ਹੈ? ਹੁਣ ਰਹਿ ਗਿਆ ਕੋਈ ਕੋਈ ਸੰਸਥਾ ਐਸੀ ਰਹਿ ਗਈ ਜਿਹਦਾ ਸਿਆਸੀਕਰਨ ਨਹੀਂ? ਅੱਜ ਤੂੰ ਬਾਈ ਇਲੈਕਸ਼ਨ ਹੀ ਦੇਖ ਲੈ ਜਿੰਦਰਾ, ਇਹ ਜਿਹੜੀਆਂ ਗੱਲਾਂ ਨੇ ਇਹ ਕੋਈ ਕਿਸੇ ਨਾਂ ਤੇ ਕਿਸੇ ਦੀ ਪਾਰਟੀ ਦੀ ਹੈ ਨਾ, ਇਹ ਪੰਜਾਬ ਦੀਆਂ ਗੱਲਾਂ ਨੇ ਭਾਈ, ਪੰਜਾਬੀ ਸੂਬੇ ਦੇ ਉਥਾਨ ਦੀਆਂ ਗੱਲਾਂ ਨੇ। ਨਹੀਂ ਤਾਂ ਇੱਥੇ ਮੈਨੂੰ ਦੱਸੋ ਕਿ ਹਿੰਮਤ ਹੈ ਇੱਥੇ ਆ ਕੇ ਖੜ ਜੇ, ਨਡਕਾ ਖੜ, MLA ਸਾਹਿਬ ਖੜ, ਵੋਟਾਂ ਲੈ ਕੇ ਗਿਆ ਸੀ ਤੂੰ ਬਾਬੀ ਜੀ, ਮੈਂ ਤੇਰੀ ਬਾਤ ਸੁਣ ਰਿਹਾ ਤਾਂ ਕਿਰਪਾ ਕਰਕੇ ਪੰਜਾਬੀ ਹੋਣ ਦੇ ਨਾਤੇ ਆਇਆ ਹਾਂ, ਹੈ ਪੰਜਾਬੀ ਹੋਣ ਦੇ ਨਾਤੇ ਆਇਆ ਨਾ, ਬਾਬੀ ਜੀ ਗੱਲਾਂ ਕਰ ਰਿਹਾ, ਉਹ ਜਵਾਬ ਦੇ ਦੇ ਇਹਨਾਂ ਦਾ, ਇੱਥੇ ਤਾਂ ਤੂੰ ਆਉਂਦਾ ਹੀ ਨਹੀਂ, ਤੂੰ ਗੱਲਾਂ ਕਰਦਾ ਫਲਾਨਾ 20-15 ਸਾਲ ਪਹਿਲਾਂ ਆਇਆ ਹੋਗਾ, ਬਾਬੀ ਜਿੰਦਲ ਜੀ ਤੁਹਾਨੂੰ ਸਰਕਾਰ ਕਾਰ ਬਜ਼ਾਰ ਵਾਲੇ ਦਿੱਤੀ ਸੀ, ਉਹ ਜੇ ਮੇਰੀ ਬਾਤ ਸੁਣ ਕੇ ਕਿਰਪਾ ਕਰਕੇ ਬਾਬੀ ਜੀ ਨਸ਼ਾ ਉਵੇਂ ਬਿਕਦਾ ਬਾਬੀ ਜੀ, ਕਹਿੰਦਾ ਅਰਦਾਸ ਕਰੋ ਠੀਕ ਹੋ ਜੂ, ਇੱਧਰ ਇੱਧਰ
ਪਰਮਾਤਮਾ ਉਹਨਾਂ ਦੀ ਮਤ ਕਰਦਾ, ਖੁਦ ਆਪਣੀ ਮਤ ਕਰਦਾ, ਰੋਟੀ ਉੱਡ ਕੇ ਚੱਲ ਪੈਂਦੀ। ਫਿਰ ਉੱਥੇ ਤੂੰ ਅੱਜ 30-30 ਕਰੋੜ ਦੇ ਐਡ ਲਾਈਏ, ਬੇ ਝੂਠ ਤੇ ਝੂਠ, ਇੱਕ ਝੂਠ ਨੂੰ 100-100 ਵਾਰ ਬੋਲੋ। ਇਸ ਕਰਕੇ ਇਹ ਇਹੋ ਜਿਹੇ ਮੁੱਦਿਆਂ ਦੇ ਉੱਤੇ ਆਮ ਬੰਦੇ ਦਾ ਭਾਗੀਦਾਰ ਹੋਣਾ, ਗੈਰ ਸਿਆਸੀ ਹੋ ਕੇ ਨਹੀਂ ਚੱਲਣਾ, ਸਿਆਸੀ ਹੋਣਾ ਪਊ। ਇੱਕ ਕਹਿੰਦਾ ਜੀ ਇਹ ਇਸ ਪਰਿਵਾਰ ਦੀ ਕਹਾਣੀ ਨਹੀਂ, ਉਹ ਤੁਹਾਡੇ ਕੱਲ ਨੂੰ ਕਿਸੇ ਹੋਰ ਪਰਿਵਾਰ ਚ ਹੋਊ, ਕੱਲ ਕਿਸੇ ਹੋਰ ਬੰਦੇ ਨਾਲ ਹੋਊ। ਗੈਰ ਸਿਆਸੀ ਤਾਂ ਜਾਨਵਰ ਹੁੰਦਾ, ਉਹ 500 ਹਿਰਨਾਂ ਦੇ ਵਿੱਚ ਇੱਕ ਚੀਤਾ ਆਉਂਦਾ, ਮਰੇ ਜੇ ਲੱਕ ਵਾਲਾ ਉਹ ਫੜ ਲੈਂਦਾ ਇੱਕ ਨੂੰ, ਤੇ 400 ਪੂਛਾਂ ਲਾਈ ਜਾਂਦੇ। ਮਨੁੱਖ ਉਦਾਂ ਨਹੀਂ ਹੋ ਸਕਦਾ। ਇਹ ਭਾਈ ਦੂਸਰੇ ਘਰ ਦਾ ਮਸਲਾ ਨਹੀਂ, ਇਹ ਤੁਹਾਡੇ ਘਰ ਦਾ ਵੀ ਮਸਲਾ ਹੈ, ਇਹ ਕੱਲ ਨੂੰ ਤੁਹਾਡੇ ਘਰ ਚ ਹੋ ਸਕਦਾ। ਸਿੱਧੂ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਪੰਜਾਬ ਨੂੰ ਰੰਗਲਾ ਬਣਾਉਣਾ, ਕੀ ਇਹ ਖੂਨ ਨਾਲ ਰੰਗਲਾ ਬਣਾ ਰਹੇ ਨੇ? ਦੇਖੋ ਮੈਂ ਇੱਕ ਸਿਸਟਮ ਦੀ ਗੱਲ ਕਰ, ਕਿਸੇ ਇਕੱਲੇ ਨੂੰ ਮਤਲਬ ਬਲੇਮ ਕਰ ਦੇਣਾ ਮੇਰਾ ਉਹ ਸੁਭਾਅ ਨਹੀਂ ਹੈ। ਉਹ ਤੇ ਦੇਖੋ ਆਰਬਿਟਰੇਰੀ ਜਦੋਂ ਪਾਵਰ ਹੁੰਦੀ ਹੈ ਨਾ, ਜਦੋਂ ਬੰਦਾ ਸਾਰੀ ਤਾਕਤ ਆਪਣੇ ਕੋਲ ਹੀ ਰੱਖ ਲੈਂਦਾ, ਫਿਰ ਵਿਰੋਧ ਵੀ ਉਹਦਾ ਹੀ ਹੁੰਦਾ। ਜੇ ਤੁਸੀਂ ਇਹੀ ਪਾਵਰ ਸਰਪੰਚਾਂ ਤੱਕ, ਪੰਚਾਂ ਤੱਕ, ਸਾਰੀ ਦੁਨੀਆਂ ਤੱਕ ਪਹੁੰਚਾਈ ਹੁੰਦੀ ਤੇ ਅੱਜ ਇਹ ਹਾਲ ਹੁੰਦਾ ਪੰਜਾਬ ਦਾ? ਮੈਨੂੰ ਦੱਸੋ ਤੁਸੀਂ। ਜਿਹੜੇ ਅਸਲੀ ਪੰਜਾਬ ਦੇ ਮੁੱਦੇ ਨੇ, ਉਹਨਾਂ ਚੋਂ ਟੌਪ ਦਾ ਮੁੱਦਾ, ਸਭ ਤੋਂ ਉੱਪਰਲਾ ਮੁੱਦਾ, ਸਭ ਤੋਂ ਵੱਡਾ ਅਹਿਮੀਅਤ ਵਾਲਾ ਮੁੱਦਾ ਲਾਅ ਐਂਡ ਆਰਡਰ ਹੈ, ਜਾਨ ਮਾਲ ਦੀ ਸੁਰੱਖਿਆ ਹੈ। ਔਰ ਉਹ ਸਿਸਟਮ ਦੀ ਬੁਨਿਆਦ ਕ੍ਰੰਬਲ ਕਰ ਚੁੱਕੀ ਹੈ, ਇੱਥੇ ਆ ਕੇ ਬਹਿਸ ਕਰਦੇ। ਦੱਸਣਾ ਇੱਥੇ ਆ ਕੇ ਇਹਨਾਂ ਇਸ ਬਾਹਰ ਫਿਰਦਾ। ਰੋਮ ਜਲ ਰਿਹਾ ਸੀ, ਨੀਰੋ ਬੰਸਰੀ ਵਜਾਉਂਦਾ ਸੀ, ਹੈ ਨੀ ਉਹ ਗੱਲ? ਨਹੀਂ ਇਹ ਗੱਲ, ਤੁਸੀਂ ਮੈਨੂੰ ਦੱਸੋ ਤਾਂ ਸਹੀ ਨਾ ਕਿ ਸਹੀ ਨੂੰ ਜਾਣ ਕੇ ਉਹਦੇ ਤੇ ਅਮਰ ਨਾ ਕਰਨਾ, ਇਹ ਤਾਂ ਕਾਇਰਤਾ ਹੈ, ਬੁਜ਼ਦਲੀ ਹੋ ਗਈ ਨਾ। ਜਦੋਂ ਕੋਈ ਬੰਦਾ ਇਸ ਗੱਲ ਨੂੰ ਫੇਸ ਹੀ ਨਹੀਂ ਕਰਨ ਆ ਰਿਹਾ, ਮੈਂ ਕਹਿੰਦਾ ਭਾਵੇਂ ਸਰਕਾਰੀ ਹੋਵੇ ਤੇ ਤੁਸੀਂ ਡੀਸੀ ਅੱਗੇ ਕਰਤਾ, ਡੀਸੀ ਜਵਾਬ ਤੇ ਡੀਸੀ ਨੂੰ ਵੋਟਾਂ ਪਾਈਆਂ, ਤੁਸੀਂ ਦੱਸੋ ਜੀ, ਦੱਸੋ ਲੋਕਾਂ ਨੇ ਡੀਸੀ ਨੂੰ ਵੋਟਾਂ ਪਾਈਆਂ ਸੀ? ਭਗਵੰਤ ਮਾਨ ਨੂੰ ਪਾਈ, ਕਿੱਥੇ ਨੇ? ਭਗਵੰਤ ਮਾਨ ਦੇ ਮੂੰਹ ਨੂੰ ਪਾਈਆਂ ਜੀ, ਕਿੱਥੇ ਨੇ? ਫੱਟ ਪਹੁੰਚ ਜਾਂਦੇ, ਕਿਸੇ ਦੇ ਗੱਦੇ ਚੈੱਕ ਕਰਕੇ, ਕਿਸੇ ਪ੍ਰਿੰਸੀਪਲ ਨੂੰ ਢਾ ਲਿਆ, ਕਿਸੇ ਉਹਨੂੰ ਢਾ ਲਿਆ, ਉਹਨੂੰ ਢਾ ਲਿਆ, ਬਣਾਓ ਕਾਨੂੰਨ ਕਿ ਜਿਹੜਾ ਬੰਦਾ ਇਸ ਤਰ੍ਹਾਂ ਦਾ ਜੁਰਮ ਕਰਦਾ ਫੜੇਗਾ। ਕਿਉਂ ਨਹੀਂ ਹੁੰਦਾ ਬਾਹਰ ਵਿਦੇਸ਼ਾਂ? ਮੈਂ ਤੁਹਾਨੂੰ ਅੱਜ ਦੱਸ ਰਿਹਾ, CCTV ਕੈਮਰੇ ਨੱਕਾਂ 'ਚ ਲੱਗੇ ਹੋਏ ਨੇ, ਲੋਕੀ ਸ਼ਾਮ ਤੱਕ ਕੱਢ ਦਿੰਦੇ, ਫਲਾਣੇ ਨੇ ਕੀਤਾ, ਫਿਰ ਸਮੂਹਿਕ ਆ ਕੇ ਧੌਣ ਲਾ ਦਿੰਦੇ। ਕਾਨੂੰਨ ਦਾ ਭੈ, ਦ ਲਾਅ ਮਸਟ ਬੀ ਫੀਅਰਡ, ਇੱਥੇ ਲਾਅ ਦਾ ਕੋਈ ਫੀਅਰ, ਕੋਈ ਡਰ ਰਿਹਾ ਹੀ ਨਹੀਂ। ਮਹਾਰਾਜ ਦਿਨ ਦਿਹਾੜੇ ਆ ਕੇ ਕੋਈ ਗੋਲੀਆਂ ਮਾਰ ਜੇ, ਫਿਰ ਕੱਲ ਨੂੰ ਤੁਸੀਂ ਕਹੋਗੇ ਜੀ ਪ੍ਰੈਜ਼ੀਡੈਂਟ ਰੂਲ ਲਾਤਾ ਇੱਥੇ। ਤੁਸੀਂ ਮੈਨੂੰ ਦੱਸੋ ਇਹ ਕਿਹਦੀ ਰਿਸਪੋਂਸੀਬਿਲਿਟੀ ਹੈ? ਪ੍ਰਸ਼ਾਸਨ ਦੀ ਤਾਂ ਨਹੀਂ, ਅੱਜ ਇੱਥੇ DC ਇਹ ਕਹਿ ਰਿਹਾ। ਮੈਂ ਕਹਿੰਦਾ ਉਹਨੂੰ ਪੂਰੀ ਤਰ੍ਹਾਂ ਰੀਹੈਬਿਲਿਟੇਟ ਕਰੋ, ਲੇਕਿਨ ਕੀ ਤੁਸੀਂ ਜਾਨ ਦਾ ਮੋਲ ਲਾ ਸਕਦੇ ਹੋ? ਕੀ ਉਹਨੂੰ ਮੋੜ ਸਕਦੇ ਹੋ? ਹਾਂਜੀ ਤੁਸੀਂ ਕਹੀ ਜਾਓ ਜੀ 2 ਕਰੋੜ ਦੇ ਦਿਆਂਗੇ, 5 ਕਰੋੜ ਦੇ ਦਿਆਂਗੇ, ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਿਹਨਾਂ ਪਰਿਵਾਰ ਨੇ ਚਲੇ ਗਿਆ, ਰਹਿ ਕੀ ਗਿਆ? ਜਿਹੜਾ ਬੰਦਾ ਚੁੱਪ ਰਹੇ, ਖਾਮੋਸ਼ ਰਹੇ, ਉਹ ਬਰਾਬਰ ਦਾ ਹੁਣ ਤੁਸੀਂ ਮੈਨੂੰ ਅੱਜ ਇਹ ਦੱਸ ਦਿਓ ਵੀ ਸੂਬੇ ਦਾ ਓਵਰਆਲ ਲਾਅ ਐਂਡ ਆਰਡਰ ਦੀ ਜਿਹੜੀ ਪਰਿਸਥਿਤੀ ਹੈ,
ਬਾਈ ਮੇਰੇ ਵੀਰੋ ਫਿਰ ਬੇਨਤੀ ਹੈ ਇੱਕ ਹੱਥ ਜੋੜ ਲਓ ਸਾਰੇ ਉਹਨੂੰ 0 ਆਊਟ ਆਫ 10 ਜੋੜ ਕੇ ਬੇਨਤੀ ਹੈ ਸਾਰੇ ਭਾਈ ਤੁਸੀਂ ਇਹਨੂੰ ਨਸ਼ੇ ਨਾਲ ਜੋੜ ਕੇ ਦੇਖੋ ਕੀ ਬਾਈਓ ਜਿਹੜੇ ਬੰਦੇ ਨਸ਼ੇ ਕਰਦੇ ਆ ਉਹਨੂੰ ਪਤਾ ਹੀ ਨਹੀਂ ਹੁੰਦਾ ਉਹ ਕਰ ਕੀ ਰਹੇ ਤੁਸੀਂ ਨਸ਼ੇ ਦਾ ਹਿਸਾਬ ਕਿਤਾਬ ਦੇਖੋ ਆਲੋ ਜੀ ਪਾਣੀ ਲਈ ਅਰਦਾਸ ਨਾਲੋਂ ਪਿੱਛੇ ਪਿੱਛੇ ਅਰਦਾਸ ਨਾਲੋਂ ਨਸ਼ਾ ਉਦੋਂ ਖਤਮ ਹੋਊਗਾ ਜਦੋਂ ਪੁਲਿਸ ਡਰੱਗ ਪੈਡਲਰ ਤੇ ਪੋਲਿਟੀਸ਼ੀਅਨ ਨੈਕਸਸ ਖਤਮ ਹੋ ਚੁੱਕਿਆ ਸਮਝੇ ਨਹੀਂ ਉਥੇ ਬੈਠ ਕੇ ਧਰਨਾ ਦਿੱਤਾ ਗਿਆ ਸੀ ਬਾਈ ਕੇ ਨੈਕਸਸ ਜਿਹੜਾ ਹੈ ਨਾ ਸ਼ਾਂਤੀਪੂਰਨ ਬੈਠ ਕੇ ਇਹ ਅੱਜ ਵੀ ਫਲ ਫੁੱਲ ਰਿਹਾ ਹੈ ਤੇ ਕਿਹੜੀਆਂ ਗੱਲਾਂ ਕਰਦੇ ਹੋ ਜਦੋਂ ਤੁਸੀਂ ਲੋਕਾਂ ਨੂੰ ਸੁਰੱਖਿਆ ਹੀ ਨਹੀਂ ਦੇ ਸਕਦੇ ਜਦੋਂ ਤੁਸੀਂ ਨੌਜਵਾਨ ਅੱਡ ਛੱਡ ਕੇ ਜਾ ਰਹੇ ਠੀਕ ਹੈ ਵੱਡਾ ਇੰਡਸਟਰੀਅਲਿਸਟ ਉਹਨੂੰ ਕੋਈ ਇੱਥੇ ਮਿਲਦਾ ਹੀ ਨਹੀਂ ਉਹ ਅੱਡ ਛੱਡ ਕੇ ਜਾ ਰਿਹਾ ਠੀਕ ਹੈ ਬਜ਼ੁਰਗ ਆਪਦੀ ਜ਼ਮੀਨਾਂ ਵੇਚ ਕੇ ਜਾ ਰਹੇ ਠੀਕ ਹੈ ਸੂਬਾ ਖਾਲੀ ਹੋ ਰਿਹਾ ਤੇ ਹੁਣ ਵਪਾਰੀ ਵੀ ਛੱਡ ਕੇ ਭੱਜੂ ਤੇ ਫਿਰ ਮੈਨੂੰ ਦੱਸੋ ਰਹਿ ਗਏ ਇੱਥੇ ਮਹਿਫੂਜ਼ ਕੌਣ ਹੈ ਇੰਡਸਟਰੀ ਲਿਆਉਣ ਦੀ ਗੱਲ ਕਰ ਰਹੇ ਨੇ ਇੰਡਸਟਰੀ ਲਿਆਉਣ ਦੀ ਇਹ ਤਾਂ ਗੋਰੇ ਲਿਆਉਣ ਦੀ ਗੱਲ ਕਰ ਰਹੇ ਆ ਗੱਲਾਂ ਦੇ ਕੜਾ ਨਾਲ ਕੀ ਹੁੰਦਾ ਹੈ ਮੈਨੂੰ ਦੱਸੋ ਤੁਸੀਂ ਅਖਬਾਰਾਂ ਦੇ ਵਿੱਚ ਇੱਕ ਝੂਠ ਨੂੰ 100-100 ਵਾਰ ਦੁਹਰਾਈ ਜਾਓ ਤੁਸੀਂ ਇੱਕ ਅਖਬਾਰੀ ਮੁੱਖ ਮੰਤਰੀ ਨੂੰ ਜ਼ਮੀਨ ਨਾਲ ਜੋੜ ਕੇ ਦੇਖੋ ਇੱਥੇ ਆ ਕੇ ਹਿੰਮਤ ਹੈ ਇੱਥੇ ਆ ਕੇ ਖੜਨ ਦੀ ਬਿਲਕੁਲ ਖੜ ਕੇ ਦਿਖਾ ਆਮ ਲੋਕਾਂ 'ਚ ਜਿੱਦਾਂ ਪਹਿਲਾਂ ਖੜਦਾ ਹੁੰਦਾ ਸੀ ਹੋਇਆ ਹੀ ਨਹੀਂ ਕੁਛ ਝੂਠ ਬੋਲੀ ਤੁਰੀ ਜਾਂਦੇ ਉਹ ਤਾਰੀਖ ਤੇ ਤਾਰੀਖ ਉਹਨਾਂ ਨੇ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਫਿਰ ਉਹਨਾਂ ਦੁਬਾਰਾ ਦੇਖੋ ਮੈਂ ਪਰਿਵਾਰ ਦੇਖੋ ਪਰਿਵਾਰ ਦੀ ਘਾਟ ਨਹੀਂ ਦੂਰ ਕਰ ਸਕਦਾ ਕੋਈ ਦੂਰ ਨਹੀਂ ਕਰ ਸਕਦਾ ਇਹ ਜਿਹੜੀਆਂ ਹੁਣ ਇਹ ਹੋ ਰਿਹਾ ਕਿ ਜੀ ਰੀਹੈਬਿਲਿਟੇਟ ਕਰੋ ਕੌਣ ਰੀਹੈਬਿਲਿਟ ਕਰ ਦੂਗਾ ਬਿਲਕੁਲ ਹਾਂਜੀ ਪਰ ਇੰਨਾ ਹੈ ਕਿ ਜੇ ਉਹ ਬ੍ਰੈਡ ਅਰਨਿੰਗ ਮੈਂਬਰ ਨੌਕਰੀ ਦੇ ਲਉਂਗੇ ਜਾਂ ਹੋਰ ਦੇ ਲਉਂਗੇ